ਸਮੂਹ ਦਰਸ਼ਕਾਂ ਦਾ ਤਹਿ ਦਿਲੋਂ ਸਵਾਗਤ ਹੈ। ਇਤਿਹਾਸ ਦਾ ਪੰਨਾ 1984 ਦੇ ਦੁਖਾਂਤ ਦੇ ਨਾਲ ਭਰਿਆ ਪਿਆ, ਜਿਸ ਨੂੰ ਸਿੱਖ ਨਸਲਕੁਸ਼ੀ ਵੀ ਕਿਹਾ ਜਾਂਦਾ ਹੈ। ਮਨੁੱਖਤਾ ਦੇ ਇਸ ਕਾਂਡ ਦੇ ਬਾਰੇ ਇੱਕ ਉੱਘੀ ਫਿਲਮ ਸਾਜ਼ ਟੀਨਾ ਕੌਰ ਪਸਰੀਚਾ ਨੇ ਐਸੀ ਡਾਕੂਮੈਂਟਰੀ ਤਿਆਰ ਕੀਤੀ ਹੈ ਜਿਸ ਨੂੰ ਨੈਸ਼ਨਲ ਅਵਾਰਡ ਵੀ ਮਿਲਿਆ ਅਤੇ ਉਸ ਦੇ ਨਾਲ ਨਾਲ ਲੋਕਾਂ ਦੇ ਵੱਲੋਂ ਇਹਨਾਂ ਨੂੰ ਪਿਆਰ ਸਤਿਕਾਰ ਵੀ ਮਿਲਿਆ। ਪਹਿਲੀ ਵਾਰ ਕੈਨੇਡਾ ਦੇ ਵਿੱਚ ਇੱਕ ਵਿਸ਼ੇਸ਼ ਨੌਰਥ ਅਮੈਰੀਕਾ ਦੇ ਦੌਰੇ 'ਤੇ ਇਹ ਆ ਰਹੇ ਨੇ ਅਤੇ ਇਸ ਦੇ ਵਿੱਚ ਵੈਨਕੂਵਰ ਪਹੁੰਚੇ ਨੇ, ਜਿੱਥੇ ਕਿ 2 ਨਵੰਬਰ ਨੂੰ 1984 ਦੀ ਸਿੱਖ ਨਸਲਕੁਸ਼ੀ ਅਤੇ ਇਹਨਾਂ ਪਹਿਲੂਆਂ ਦੇ ਨਾਲ ਨਾਲ ਉਸ ਤੋਂ ਬਾਅਦ ਦੇ ਵਾਪਰੇ ਦੁਖਾਂਤਾਂ ਬਾਰੇ ਵਿਸ਼ੇਸ਼ ਪ੍ਰੋਗਰਾਮ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵੱਲੋਂ ਦੁਪਹਿਰ 1 ਵਜੇ ਨੂੰ ਕੀਤਾ ਜਾ ਰਿਹਾ, ਜਿਸ ਦੇ ਵਿੱਚ ਟੀਨਾ ਕੌਰ ਪਸਰੀਚਾ ਜੀ ਵਿਸ਼ੇਸ਼ ਬੁਲਾਰੇ ਹੋਣਗੇ। ਅੱਜ ਸਾਡੇ ਨਾਲ ਉਹ ਸ਼ਾਮਿਲ ਨੇ ਇਸ ਪ੍ਰੋਗਰਾਮ ਦੇ ਵਿੱਚ। ਸਭ ਤੋਂ ਪਹਿਲਾਂ ਟੀਨਾ ਕੌਰ ਜੀ, ਤੁਹਾਨੂੰ ਸਮੂਹ ਦਰਸ਼ਕਾਂ ਦੇ ਵੱਲੋਂ ਜੀ ਆਇਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ। ਥੈਂਕ ਯੂ ਵੈਰੀ ਮੱਚ। ਮੈਨੂੰ ਵੀ ਬਹੁਤ ਖੁਸ਼ੀ ਹੈ ਕਿ ਮੈਂ ਕੈਨੇਡਾ ਦੀ ਸੰਗਤਾਂ ਦੇ ਵਿੱਚ ਆ ਸਕੀ, ਔਰ ਸਪੈਸ਼ਲੀ ਯੂਨੀਵਰਸਿਟੀ ਨੇ ਬੁਲਾਇਆ ਅਤੇ ਆਮ ਕੈਰਿੰਗ ਫੋਰਵਰਡ ਦ ਆਈਡੀਆ ਆਫ ਹੋਪ ਐਂਡ ਜਸਟਿਸ ਫਰਦਰ, ਅਤੇ ਇਸ ਕਰਕੇ ਆਮ ਵੈਰੀ ਹੈਪੀ। ਬਹੁਤ ਵਧੀਆ ਜੀ, ਤੁਸੀਂ ਜਿੰਨਾ ਕੰਮ ਕੀਤਾ ਅਤੇ ਖਾਸ ਤੌਰ 'ਤੇ 1984 ਜੈਨੋਸਾਈਡ ਦੇ ਬਾਰੇ ਜਿਹੜੀ ਤੁਹਾਡੀ ਫਿਲਮ ਜਿਸ ਸਵੇਰ ਦਾ ਸੂਰਜ ਨਹੀਂ ਚੜਿਆ ਵੈਨ ਦਾ ਸਨ ਡਿਡਨਟ ਰਾਈਜ਼, ਇਹ ਫਿਲਮ ਦੇ ਬਾਰੇ ਬਹੁਤ ਚਰਚਾ ਛਿੜੀ ਕਿਸੇ ਸਮੇਂ, ਇਸ ਦੇ ਬਾਰੇ ਜੋ ਤੁਸੀਂ ਆਪਣਾ ਖੋਜ ਕੀਤਾ, ਕੰਮ ਕੀਤਾ, ਉਸ ਨੂੰ ਨੈਸ਼ਨਲ ਅਵਾਰਡ ਵੀ ਮਿਲਿਆ। ਮੈਂ ਇੱਥੋਂ ਗੱਲ ਸ਼ੁਰੂ ਕਰਨਾ ਚਾਹਾਂਗਾ ਕਿ ਇਹ ਫਿਲਮ ਜਿਹੜੀ ਬਣਾਉਣ ਦਾ ਤੁਹਾਡਾ ਖਿਆਲ ਕਿਵੇਂ ਬਣਿਆ ਅਤੇ ਕੀ ਤੁਹਾਡੇ ਨਿੱਜੀ ਅਨੁਭਵ ਤਜਰਬਿਆਂ ਦੇ ਵਿੱਚ ਜਾਂ ਪਰਿਵਾਰ ਦੇ ਵਿੱਚੋਂ ਇਸ ਦਾ ਕੋਈ ਐਸਾ ਦੁੱਖ ਦਰਦ ਜਾਂ ਸੰਤਾਪ ਤੁਹਾਨੂੰ ਛੂਹਿਆ ਜਿਸ ਨੇ ਅਹਿਸਾਸ ਦਵਾਇਆ ਕਿ ਬੰਬੇ ਬੈਠੀ ਇੱਕ ਉਹ ਲੜਕੀ ਜਿਸਦੇ ਜੀਵਨ ਦੀ ਪਹਿਲ ਹੀ ਇਹ ਬਣ ਗਈ ਕਿ ਮੈਂ ਐਸਾ ਕੰਮ ਕਰਾਂ? ਮੈਂ ਨਾ, ਮੇਰਾ ਜਨਮ ਔਰ ਜਿਹੜਾ ਪੈਦਾਇਸ਼ ਹੈ ਅਜਮੇਰ ਹੋਈ ਜੀ, ਅਤੇ ਜਿਹੜੀ ਮੰਮੀ ਨਾ ਮੈਨੂੰ 84 ਬਾਰੇ ਹਮੇਸ਼ਾ ਦੱਸਦੇ ਸੀ ਜੀ, ਅਤੇ ਮੈਂ ਸੋਚਦੀ ਸੀ ਅੱਛਾ ਕੀ ਹੋਇਆ ਹੈਗਾ, ਮੈਨੂੰ ਸਮਝ 'ਚ ਨਹੀਂ ਲੱਗੀ ਉਸ ਵੇਲੇ ਨਾ ਕੀ ਹੋਇਆ ਕੀ ਨਹੀਂ ਹੋਇਆ। ਅਤੇ ਜਦ ਬੰਬੇ ਮੈਂ ਆਪਣੀ ਪਹਿਲੀ ਡਾਕੂਮੈਂਟਰੀ ਬਣਾਈ ਅਤੇ ਮੈਂ ਉਸ ਵੇਲੇ ਨਾ 84 ਦੇ ਉੱਤੇ ਵੈਸੇ ਹੀ ਪੜ੍ਹਨਾ ਸ਼ੁਰੂ ਕੀਤਾ, ਉਹ ਬੈਕ ਸਟੋਰੀ 'ਚ ਇਸ ਤਰ੍ਹਾਂ ਸੀ ਕਿ ਮੇਰੇ ਮਾਮਾ ਜੀ ਟਰੈਵਲ ਕਰ ਰਹੇ ਸੀਗੇ ਦਿੱਲੀ ਦੀ ਤਰਫ 84-31 ਅਕਤੂਬਰ ਦੇ ਹਿਸਾਬ ਨਾਲ, ਅਤੇ ਉਹਨਾਂ ਨੂੰ ਫੜ ਲਿੱਤਾ ਗਿਆ ਅਤੇ ਉਹਨਾਂ ਦੇ ਨਾ ਮਤਲਬ ਉਹਨਾਂ ਨੂੰ ਗੱਡੀ ਤੋਂ ਉਤਾਰ ਕੇ ਉਹਨਾਂ ਦੇ ਵਾਲ ਕੱਟ ਲਿੱਤੇ ਗਏ। ਅੱਛਾ। ਅਤੇ ਉਹ ਹੀ ਵਾਸ ਸੋ ਟਰੋਮੈਟਿਕ ਐਂਡ ਯੂ ਨੋ, ਫਿਰ ਉਸ ਤੋਂ ਬਾਅਦ ਉਹ ਭੱਜ ਗਏ ਉੱਥੋਂ ਅਤੇ ਉਹ ਮਤਲਬ ਛੁਪੇ ਰਹੇ ਜਾ ਕਿਉਂਕਿ ਉਹਨਾਂ ਦੀ ਜਾਨ ਨੂੰ ਖਤਰਾ ਬਹੁਤ ਸੀ। ਅਤੇ ਇਹ ਸਾਡੀ ਖਾਨ ਸਾਨੂੰ ਨਾ ਮੰਮੀ ਦੱਸਦੀ ਸੀ ਗੱਲਾਂ, ਮਾਮਾ ਜੀ ਕਦੀ ਨਹੀਂ ਦੱਸਦੇ ਸੀ ਬਿਕੋਜ਼ ਉਹਨਾਂ ਦੇ ਵਾਸਤੇ ਇੰਨਾ ਪੇਨਫੁਲ ਸੀ ਇਹਨੂੰ ਰਿਕਾਲ ਕਰਨਾ। ਅਤੇ ਮੈਂ ਜਦ ਪੜ੍ਹਨਾ ਹੀ ਸ਼ੁਰੂ ਕੀਤੀ ਕਿਤਾਬਾਂ 84 ਦੇ ਉੱਤੇ, ਮੈਂ ਕਿਹਾ ਹੈ ਤਾਂ ਬਹੁਤ ਹੀ ਬੁਰਾ ਹੋਇਆ ਔਰ ਇਹਦੀ ਗੱਲ ਕਿਉਂ ਨਹੀਂ ਹੈ ਸਾਡੀ ਕਿਤਾਬਾਂ 'ਚ, ਹਿਸਟਰੀ ਬੁੱਕਸ 'ਚ ਇਹਦੀ ਚਰਚਾ ਕਿਉਂ ਨਹੀਂ ਹੁੰਦੀ? ਅਤੇ ਫਿਰ ਮੈਂ ਕਿਹਾ ਕਿ ਮੈਂ ਉਸ ਵੇਲੇ ਮੈਂ ਇੱਕ ਸਕ੍ਰਿਪਟ ਲਿਖੀ, ਮੈਂ 84 ਦੇ ਉੱਤੇ ਮੈਂ ਇੱਕ ਫੀਚਰ ਫਿਲਮ ਸਕ੍ਰਿਪਟ ਲਿਖੀ। ਅੱਛਾ। ਅਤੇ ਉਹਦਾ ਮੈਨੂੰ ਕੋਈ ਟੇਕਰ ਨਹੀਂ ਮਿਲੇ ਅਤੇ ਫਿਰ ਮੈਂ ਬੜੀ ਮਾਯੂਸ ਹੋ ਗਈ ਕਿ ਮੈਂ ਕੀ ਕਰਾਂ, ਆਈ ਵਾਜ਼ ਫੀਲਿੰਗ ਵੈਰੀ ਹੈਲਪਲੈਸ। ਅਤੇ ਮੈਂ ਇੱਕ ਫਿਲਮ ਬਣਾਈ ਸੀ ਤਦ ਤੱਕ, ਅਤੇ ਫਿਰ ਮੇਰੇ ਫਰੈਂਡਸ ਨੇ ਕਿਹਾ ਕਿ ਜਦ ਤੈਨੂੰ ਅੰਦਰੋਂ ਇੰਨਾ ਹੈਗਾ ਤਾਂ ਵਾਈ ਡੋਂਟ ਯੂ ਮੇਕ ਅਨਦਰ ਡਾਕੂਮੈਂਟਰੀ। ਅਤੇ ਫਿਰ ਮੈਂ ਗੁਰਦੁਆਰਾ ਰਕਾਬਗੰਜ ਸਾਹਿਬ ਆ ਕੇ, ਉਸ ਵੇਲੇ ਕਾਂਗਰਸ ਸੀਗੀ ਪਾਵਰ 'ਚ ਅਤੇ ਮੈਂ ਥੋੜ੍ਹੇ ਡਰੀ ਵੀ ਹੋਈ ਸੀ, ਅਤੇ ਫਿਰ ਮੈਂ ਰਿਸਰਚ ਕਰਨਾ ਸ਼ੁਰੂ ਕੀਤਾ। ਫਿਰ ਮੈਨੂੰ ਕਾਫੀ ਲੋਕਾਂ ਨੇ 'ਚ ਹੈਲਪ ਕੀਤੀ, ਬਹੁਤ ਸਾਰੇ ਦਿੱਲੀ 'ਚ ਲੋਕ ਸੀ ਜਿਨ੍ਹਾਂ ਨੇ ਹੈਲਪ ਕੀਤੀ, ਔਰ ਅੱਗੇ ਤੋਂ ਅੱਗੇ ਕੜੀਆਂ ਜੁੜਦੀ ਚੱਲੀ ਗਈਆਂ। ਐਂਡ ਫਿਰ ਮੈਨੂੰ ਲੱਗਿਆ ਜਦ ਮੈਂ ਉਹ ਔਰਤਾਂ ਦੀ ਕਹਾਣੀ ਸੁਣਦੀ ਸੀ, ਉਹ ਜਿਸ ਤਰ੍ਹਾਂ ਉਹਨਾਂ ਨਾਲ ਵਾਪਰਿਆ, ਅਤੇ ਮੈਂ ਨਾ ਮਤਲਬ ਕੈਮਰਾ ਭੁੱਲ ਜਾਂਦੀ ਸੀ ਕਿ ਕੈਮਰਾ ਕਿਤੇ ਪਿਆ ਹੈ ਔਰ ਰੋਲ ਵੀ ਹੋ ਰਿਹਾ ਹੈਗਾ, ਬਿਕੋਜ਼ ਯੂ ਨੋ ਯੂ ਬਿਕਮ ਲਾਈਕ ਅ ਕਮਿਟਿਡ ਲਿਸਨਰ, ਹੈ ਨਾ। ਤੁਸੀਂ ਇੱਕ ਜਿਸ ਤਰ੍ਹਾਂ ਕਿਸੇ ਦਾ ਦੋਸਤ ਹੁੰਦਾ ਹੈ, ਦੂਸਰੇ ਨੂੰ ਸੁਣਾਉਂਦਾ ਹੈ, ਕੋਈ ਸਹੇਲੀ ਸੁਣਾਉਂਦੀ ਹੈ, ਅਤੇ ਮੈਂ ਸੁਣਦੇ ਸੁਣਦੇ ਨਾ ਮੈਂ ਅਬਜ਼ੋਰਬ ਕਰ ਲਿਆ ਸੀ ਜਿਸ ਆਪਣੇ ਅੰਦਰ, ਅਤੇ ਮੈਨੂੰ ਇੰਨੀ ਮਤਲਬ ਦੁੱਖ ਲੱਗਦਾ ਸੀ ਨਾ ਉਹਨਾਂ ਦੀ ਗੱਲਾਂ ਸੁਣ ਕੇ ਕਿ ਮੇਰੇ ਕੋਲ ਘਰ ਆ ਕੇ ਐਡੀਟਿੰਗ ਨਹੀਂ ਹੁੰਦੀ ਸੀ ਕਿਉਂਕਿ ਮੇਰੇ ਕੋਲ ਦੇਖਿਆ ਹੀ ਨਹੀਂ ਜਾਂਦਾ ਸੀ। ਫਿਰ ਵੀ ਮੈਨੂੰ ਲੱਗਦਾ ਇੱਕ ਉਹ ਸੈਪਰੇਸ਼ਨ ਅੱਛਾ ਸੀ, ਦਿੱਲੀ ਬੰਬੇ ਦਾ ਥੋੜ੍ਹਾ ਜਿਹਾ ਫਰਕ ਸੀ। ਫਿਰ ਮੈਂ ਦੂਸਰੇ ਐਡੀਟਰਸ ਨੂੰ ਇਨਵੋਲਵ ਕੀਤਾ, ਮੈਂ ਕਿਹਾ ਤੁਸੀਂ ਕਰੋ, ਲੇਕਿਨ ਉਹ ਨਾ ਅੱਗੇ ਤੱਕ ਜਿਸ ਤਰ੍ਹਾਂ ਨਹੀਂ ਪਹੁੰਚ ਪਾ ਰਹੀ ਸੀ। ਫਿਰ ਦੈਨ ਆਈ ਰਿਅਲਾਈਜ਼ ਦੈਟ ਯੂ ਨੋ ਮੈਨੂੰ ਥੋੜ੍ਹੀ ਮਿਹਨਤ ਕਰਕੇ ਥੋੜ੍ਹਾ ਅੰਦਰੋਂ ਸਟਰੋਂਗ ਬਣਨਾ ਪਏਗਾ ਇਸ ਫੁਟੇਜ ਨੂੰ ਅੱਗੇ ਕਰਨ ਵਾਸਤੇ। ਬਟ ਉਹ ਕਰਦੇ ਕਰਦੇ ਕੀ ਹੋਇਆ, ਮਤਲਬ ਨਾ ਮੈਨੂੰ ਸਾਰੇ ਜਣੇ ਕਹਿੰਦੇ ਸੀ ਕਿ ਤੁਹਾਡੀ ਫਿਲਮ ਹਾਲੇ ਕੰਪਲੀਟ ਨਹੀਂ ਹੋਈ,
ਤੁਹਾਨੂੰ ਹਾਲੇ ਇੰਨਾ ਟਾਈਮ ਕਿਉਂ ਲੱਗ ਰਿਹਾ ਹੈਗਾ ਫਿਲਮ ਬਣਾਉਣ ਨੂੰ? ਕਿਉਂ ਰਿਪੋਰਟਰ ਜਿਹੜੇ ਆਉਂਦੇ ਨੇ ਉਹ ਤੇ ਖਾਲੀ 4 ਦਿਨ ਵਾਸਤੇ ਆਉਂਦੇ ਨੇ, 31 ਅਕਤੂਬਰ ਤੋਂ 3 ਨਵੰਬਰ, ਤੇ ਹਾਲੇ ਤੇ ਟਾਈਮ ਵੀ ਨਹੀਂ 84 ਦਾ, ਤੁਸੀਂ ਕਿਉਂ ਆ ਰਹੇ ਹੋ? ਤੇ ਮੈਂ ਉਹਨਾਂ ਨੂੰ ਕਹਿੰਦੀ ਸੀ ਨਹੀਂ ਮੈਂ ਡਾਕੂਮੈਂਟਰੀ ਬਣਾ ਰਹੀ ਹਾਂ ਤੇ ਉਹਨੂੰ ਟਾਈਮ ਲੱਗਦਾ, ਜਿਸ ਤਰ੍ਹਾਂ ਵੈਲ ਰਿਸਰਚ ਡਾਕੂਮੈਂਟਰੀਜ਼ ਨਾ ਵਰਲਡ ਵਾਈਡ ਜਿਹੜੀ ਬਣਦੀਆਂ ਨੇ ਇੰਟਰਨੈਸ਼ਨਲ ਸਟੈਂਡਰਡ, ਉਹਦੇ ਟੇਕਸ ਟਾਈਮ ਟੂ ਮੇਕ ਇਟ, ਬਿਕੋਜ਼ ਯੂ ਨੋ ਵੀ ਆਰ ਫੋਲੋਇੰਗ ਪੀਪਲ, ਅਸੀਂ ਉਹਨਾਂ ਦੀ ਜ਼ਿੰਦਗੀ ਨੂੰ ਦਸਤਾਵੇਜ਼ੀ ਤਰੀਕੇ ਨਾਲ ਪੂਰਾ ਡਾਕੂਮੈਂਟ ਕਰਨੇ ਆ ਰੀਅਲ ਲਾਈਫ ਦੇ ਵਿੱਚ, ਤੇ ਫਿਰ ਉਹਨਾਂ ਦੇ ਅੱਗੇ ਬੱਚਿਆਂ ਦੀ ਕਹਾਣੀ, ਵੰਸ ਯੂ ਗੈਟ ਟੂ ਨੋ, ਮਤਲਬ ਮੈਨੂੰ ਐਸਾ ਲੱਗਦਾ ਸੀ ਫਿਲਮ ਬਣਾਉਣ ਤੋਂ ਬਾਅਦ ਮੈਨੂੰ ਐਸਾ ਲੱਗਦਾ ਸੀ ਮੈਂ 1000 ਲੋਕਾਂ ਦੀ ਜ਼ਿੰਦਗੀ ਨੂੰ ਜੀ ਲਿੱਤਾ ਹੁੰਦਾ ਹੈਗਾ, ਕਿ ਮੈਂ ਕਿਤੇ ਕੀ ਸੋਚ ਕੇ ਸਟਾਰਟ ਕੀਤਾ, ਐਂਡ ਯੂ ਨੋ ਆਈ ਵਾਜ਼ ਥਿੰਕਿੰਗ ਕਿ ਬਸ ਇੰਨਾ ਮੈਂ ਬਣਾਉਣਾ ਚਾਹੁੰਦੀ ਹਾਂ ਕਿ ਵਰਲਡ ਓਵਰ ਜਿਹੜੀ ਹੈ ਇਸ ਜਿਹੜਾ ਇਹ ਜਿਹੜਾ ਜੈਨੋਸਾਈਡ ਹੋਇਆ ਇਹਨੂੰ ਅਸੀਂ ਐਂਟੀ ਸਿੱਖ ਰਾਈਟਸ ਨਾ ਕਹਿ ਕੇ ਇਹਨੂੰ ਅਸੀਂ ਮੈਸੇਕਰ ਕਹੀ ਹੈ, ਬਿਕੋਜ਼ ਦੇਰ ਇਜ਼, ਹਾਂ ਬਿਕੋਜ਼ ਦੇਰ ਇਜ਼ ਨੋ ਸੱਚ ਥਿੰਗ ਐਜ਼ ਐਂਟੀ ਸਿੱਖ ਰਾਈਟਸ ਔਰ ਐਂਟੀ ਐਕਸਪਰਸ, ਤੇ ਇੰਨਾ ਜ਼ਿਆਦਾ ਇਹਨੂੰ ਮਸ਼ਹੂਰ ਕਰਤਾ ਹਰ ਕੋਈ ਦੰਗੇ ਰਾਈਟਸ, ਹਰ ਕੋਈ ਇਹੀ ਸ਼ਬਦ ਪੋਲੀਟੀਸ਼ੀਅਨ ਕਿਤਾਬਾਂ ਚ ਰਿਪੋਰਟਿੰਗਸ ਪੁਰਾਣੇ ਅਖਬਾਰ ਚੱਕ ਲਓ, ਉਹ ਸੀਨ ਹੀ ਕਿਤੇ ਨਜ਼ਰ ਹੀ ਨਹੀਂ ਆਉਂਦਾ ਕਿ ਇੱਕ ਪਾਸੜ ਜਿਹੜਾ ਹੈ ਜ਼ੁਲਮ ਸੀ। ਹਾਂ, ਤੇ ਇਹ ਮੇਰੀ ਇਨਵੈਸਟੀਗੇਸ਼ਨ ਚ ਆਇਆ ਕਿ ਕੋਈ FIR ਇਹ ਨਹੀਂ ਕਹਿੰਦੀ ਕਿ ਬਈ ਜਿਸ ਤਰ੍ਹਾਂ ਕਿ ਸਿੱਖਾਂ ਨੇ ਕਿਸੇ ਨੂੰ ਮਾਰਿਆ ਹੈ। ਹਾਂ, ਸੋ ਦੈਨ ਆਈ ਰਿਅਲਾਈਜ਼ ਕਿ ਇਟ ਇਜ਼ ਸਿੰਪਲ ਮੈਟਰ ਆਫ ਮੈਸੇਕਰ, ਸੋ ਵਾਈ ਆਰ ਵੀ ਨੋਟ ਕਾਲਿੰਗ ਇਟ ਮੈਸੇਕਰ? ਅਸੀਂ ਉਹਨੂੰ ਨਸਲਕੁਸ਼ੀ ਇਸ ਕਰਕੇ ਨਹੀਂ ਕਹਿ ਰਹੇ ਬਿਕੋਜ਼, ਕਿਉਂਕਿ ਫਿਰ ਯੂ ਨੋ ਦੇਰ ਵਿਲ ਬੀ ਵਨ ਪਰਟੀਕੁਲਰ ਪਾਰਟੀ ਦੈਟ ਵਿਲ ਬੀ ਇੰਪਲੀਕੇਟਡ, ਹੈ ਨਾ, ਤੇ ਉਹਦੇ ਪੋਲੀਟੀਕਲ ਰਿਪਰਕਸ਼ਨ ਇੰਨੇ ਹੈਗੇ ਨੇ ਕਿ ਅਸੀਂ ਉਹਨੂੰ ਉਹ ਦੇ ਸਟਾਰਟਡ ਡੂਇੰਗ ਇਟ ਐਜ਼ ਐਂਟੀ ਸਿੱਖ ਰਾਈਟਸ, ਤਾਂ ਕਿ ਸਾਡੀ ਮੈਮਰੀ 'ਚ ਹੀ ਇਹ ਰਹੇ ਕਿ ਇਹ ਦਿਸ ਵਾਜ਼ ਸਮਥਿੰਗ ਲਾਈਕ ਰਾਈਟਸ। ਬਰਦਾਸ਼ਤ ਕਰਾਂਗੇ ਸਾਡਾ ਨਾ ਇਨਸਾਫ਼ੀ ਦੁਬਾਰਾ ਹੋਈ, ਉਹ ਹੋਈ ਪਹਿਲੇ 84 ਹੋਇਆ, ਫਿਰ 2002 ਹੋਇਆ, 92 ਚ ਬੰਬੇ ਰਾਈਟਸ ਹੋਏ, ਸੋ ਦੈਨ ਯੂ ਨੋ ਲਗਾਤਾਰ ਚੱਲਦਾ ਰਿਹਾ ਕਿ ਜਿਹੜੇ ਲੋਕੀ ਮਾਰੇ ਨਾ ਉਹਨੂੰ ਪਤਾ ਦੇ ਕੇ ਗੈਟ ਅਵੇ ਵਿਦ ਇਟ, ਹੈ ਨਾ, ਜਿੱਥੇ ਜੁਡੀਸ਼ਰੀ ਦਾ ਡਰ ਨਹੀਂ ਹੁੰਦਾ ਫਿਰ ਲੋਕੀ ਆਈ ਕਰਦੇ ਹੈਗੇ ਨੇ। ਤੇ ਮੈਨੂੰ ਲੱਗਦਾ ਹੈਗਾ ਕਿ ਨਾਓ ਦਾ ਟਾਈਮ ਹੈਜ਼ ਕਮ ਦੈਟ ਵੀ ਰਾਈਜ਼ ਅਬਵ ਦਿਸ, ਅਸੀਂ ਕਿਸੇ ਨੂੰ ਨਿਆਂ ਦੀ ਉਮੀਦ ਨਾ ਰੱਖਦੇ ਹੋਏ ਅਸੀਂ ਪਰਸਨਲ ਕਮਿਊਨਿਟੀ ਵਾਈਜ਼ ਅਸੀਂ ਨਿਆਂ ਦੇਈਏ, ਬਟ ਇਨ ਦਾ ਫੋਰਮ ਆਫ ਕੰਪੈਸ਼ਨ, ਨਾਟ ਇਨ ਦਾ ਫੋਰਮ ਆਫ ਵਾਇਲੈਂਸ, ਹੈ ਨਾ, ਬਿਕੋਜ਼ ਵਾਇਲੈਂਸ ਇੱਕ ਵਿਸ਼ਸ ਸਰਕਲ ਹੁੰਦਾ, ਉਹ 'ਚੋਂ ਅਸੀਂ ਕਦੀ ਵਾਪਸ ਬਾਹਰ ਨਹੀਂ ਆ ਸਕਦੇ। ਲੇਕਿਨ ਜੇ ਅਸੀਂ ਮਾਫ਼ੀ ਦੀ ਗੱਲ ਕਰਾਂਗੇ, ਹੈ ਨਾ, ਅਤੇ ਫਿਰ ਰੀਕਨਸੀਲੀਏਸ਼ਨ ਦੀ ਪੋਸੀਬਿਲਿਟੀ ਹੈ, ਹੈ ਨਾ, ਬਿਕੋਜ਼ ਦੈਟ ਇਜ਼ ਦਾ ਓਨਲੀ ਵੇ ਕਿ ਅਸੀਂ ਵੱਡੇ ਹੋ ਕੇ। ਤੁਸੀਂ ਕਿਉਂਕਿ ਤੁਸੀਂ ਜੋ ਟੀਨਾ ਕੌਰ ਜੀ ਉਹਦੇ ਵਿੱਚੋਂ ਐਕਸਪੀਰੀਅੰਸ ਲਿਆ, ਜੋ ਤੁਹਾਨੂੰ ਦਰਦ ਮਹਿਸੂਸ ਕੀਤਾ, ਤੁਸੀਂ ਬਿਆਨ ਕੀਤਾ ਸਾਰਾ, ਪਰ ਇੱਕ ਗੱਲ ਹੈ ਕਿ ਨਾ ਇਹ ਭੁੱਲਣ ਯੋਗ ਹੈ, ਨਾ ਇਹ ਚਿਤਵਨ ਯੋਗ ਹੈ, ਅਤੇ ਨਾ ਇਹ ਬਖਸ਼ਣ ਯੋਗ ਹੈ। ਇਹਦਾ ਦਰਦ ਜਿਹੜਾ ਬੜਾ ਵੱਡਾ, ਜਿਵੇਂ ਤੁਸੀਂ ਇੱਕ ਪੀੜਾ 'ਚੋਂ ਨਿਕਲੇ ਹੋ, ਐਸੇ ਅਨੇਕਾਂ ਪੀੜਾ 'ਚੋਂ ਨਿਕਲੇ ਨੇ, ਪਰ ਜਦੋਂ ਤੁਸੀਂ ਇਹ ਕੰਮ ਕਰ ਰਹੇ ਸੀ ਉਸ ਵੇਲੇ, ਕੀ ਤੁਹਾਡੇ 'ਤੇ ਵੀ ਕੋਈ ਇਸ ਤਰ੍ਹਾਂ ਦਾ ਪ੍ਰੈਸ਼ਰ, ਕੋਈ ਦਬਾਅ ਜਾਂ ਰੋਕਾਂ ਟੋਕਾਂ ਜਾਂ ਮੁਸ਼ਕਲ ਆਈ? ਕਿਉਂਕਿ ਇੱਕ ਇਸਟੈਬਲਿਸ਼ਮੈਂਟ, ਇੱਕ ਸਟੇਟ ਇੱਕ ਪਾਸੇ ਹੈ, ਇੱਕ ਪਾਸੇ ਇੱਕ ਸਧਾਰਨ ਵਿਅਕਤੀ ਹੈ ਜਿਹੜਾ ਦਰਦ ਮਹਿਸੂਸ ਕਰਦਾ, ਉਹਦੇ ਬਾਰੇ ਇੱਕ ਦੋ ਸ਼ਬਦ ਜ਼ਰੂਰ ਦੱਸੋ। ਹਾਂ, ਜਦ ਮੈਂ ਮਤਲਬ ਇਨਵੈਸਟੀਗੇਸ਼ਨ ਕਰ ਰਹੀ ਸੀ ਤੇ ਮੈਨੂੰ ਪੁਲਿਸ ਨੇ ਬੁਲਾਇਆ, ਤੇ ਮੈਂ ਬੜਾ ਡਰ ਗਈ ਕਿਉਂਕਿ ਮੈਂ ਇਕੱਲੇ ਕੰਮ ਕਰਦੀ ਹੋਈ ਸੀ, ਤੇ ਫਿਰ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਕੀ ਕਰਦੇ ਪਏ ਹੋ ਇੱਥੇ, ਕੰਮ ਕਾਹਦੇ ਵਾਸਤੇ ਬਣਾ ਰਹੇ ਹੋ? ਤੇ ਮੈਂ ਕਿਹਾ ਮੈਂ ਨਸ਼ੇ ਮੁਕਤੀ ਦੇ ਉੱਤੇ ਕੰਮ ਕਰਦੀ ਹਾਂ। ਫਿਰ ਕਹਿੰਦੇ ਸਾਡੇ ਵੀ ਹੈਗੇ ਨੇ, ਤੁਸੀਂ ਉੱਥੇ ਜਾ ਕੇ ਕਵਰ ਕਰੋ। ਫਿਰ ਮੈਂ ਡਰ ਦੇ ਮਾਰੇ ਉਹਨਾਂ ਨੂੰ ਮਨਾ ਨਹੀਂ ਕੀਤਾ, ਮੈਂ ਕਿਹਾ ਠੀਕ ਹੈ ਮੈਂ ਚੱਲਦੀ ਹਾਂ। ਤੁਸੀਂ ਵਿਸ਼ਾ ਬਦਲ ਲਿਆ, ਵਿਸ਼ਾ ਬਦਲ ਲਿੱਤਾ, ਕਿਉਂਕਿ ਉਹਨੂੰ ਸਿੱਧਾ ਤੁਸੀਂ ਕਹਿੰਦੇ ਤਾਂ ਉਸੇ ਵੇਲੇ ਸਟਾਪ ਹੈ। ਹਾਂ, ਤੇ ਫਿਰ ਦੂਸਰੀ ਤਰਫੋਂ ਮੈਨੂੰ ਜਿਹੜੇ ਉੱਥੇ ਲੋਕੀ ਨਸ਼ੇ ਵੇਚਦੇ ਨੇ ਉਹਨਾਂ ਦਾ ਫੋਨ ਆਇਆ, ਕਹਿੰਦੇ ਕਿ ਤੁਸੀਂ ਨਸ਼ੇ ਦੇ ਉੱਤੇ ਫਿਲਮ ਬਣਾ ਰਹੇ ਹੋ? ਤੇ ਮੈਂ ਕਿਹਾ ਨਹੀਂ, ਮੈਂ 84 ਦੇ ਉੱਤੇ ਬਣਾ ਰਹੀ ਹਾਂ, ਬਿਕੋਜ਼ ਮੈਨੂੰ ਇੰਨਾ ਡਰ ਸੀ, ਮੈਂ ਕਿਹਾ ਮਤਲਬ ਕਿੱਥੇ ਜਾਵਾਂਗੀ। ਦੇਖੋ, ਜਿਹੜਾ ਇੰਨਾ ਕੰਮ ਕਰਨ ਵਾਲਾ ਬੰਦਾ, ਜਿਸ ਤਰ੍ਹਾਂ ਦੇ ਸਟੇਟ ਦਾ ਜਿਹੜਾ ਸਟੇਟ ਔਰਗਨਾਈਜ਼ਡ ਕ੍ਰਾਈਮ ਜਾਂ ਟੈਰਰਿਜ਼ਮ ਆ, ਇਹ ਕਿੱਡਾ ਤਕੜਾ, ਕਿੰਨਾ ਪ੍ਰਭਾਵ ਪਾਉਂਦਾ। ਜਦੋਂ ਇਹ ਸਾਰੀ ਬਣ ਗਈ, ਜਿਸ ਦੇ ਵਿੱਚ ਤੁਸੀਂ ਇੱਕ ਨਾਂ ਲਿਖ ਦਿੱਤਾ ਇਹਦਾ, ਜਿਸ ਦਿਨ ਸੂਰਜ ਨਹੀਂ ਚੜਿਆ, 1984, ਇਸ ਦਾ ਜਿਹੜਾ ਜੇ ਥੀਮ ਪੈਟਰਨ ਜਾਂ ਇਸ ਦੇ ਵਿੱਚ ਜਿਹੜੀ ਪੂਰੀ ਪੇਸ਼ਕਾਰੀ ਹੈ, ਹਾਲਾਂਕਿ ਅਸੀਂ ਉਹਦਾ ਟ੍ਰੇਲਰ ਵੀ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਾਂਗੇ, ਅਤੇ ਤੁਸੀਂ ਜਿਹੜੀ 2 ਨਵੰਬਰ ਨੂੰ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਉੱਥੇ ਇਹਦਾ ਪੂਰਾ ਜਿਹੜਾ 1 ਘੰਟੇ ਦਾ ਪੇਸ਼ਕਾਰੀ ਕਰ ਰਹੇ ਹੋ, ਪਰ ਜੇ ਇਹਨੂੰ ਨਾਂ ਦੇ ਤੌਰ 'ਤੇ ਜਿਹੜਾ ਤੁਸੀਂ ਡਿਸਾਈਡ ਕੀਤਾ, ਇਹਦੇ ਬਾਰੇ ਕੁਛ ਕਹਿਣਾ ਚਾਹੋ? 1984 ਵੈਨ ਦ ਸਨ ਡਿਡਨਟ ਰਾਈਜ਼, ਮੈਂ ਸੋਚਿਆ ਕਿ ਹੁਣ ਜਿਸ ਤਰ੍ਹਾਂ
ਅਸੀਂ ਕਹਿੰਦੇ ਆ ਕਿ ਜਿੱਦਾਂ ਸੂਰਜ ਹਰ ਜਗ੍ਹਾ ਹੈ ਨਾ, ਜਦ ਸੂਰਜ ਹੁੰਦਾ ਤੇ ਗਲਤ ਚੀਜ਼ਾਂ ਨਹੀਂ ਹੁੰਦੀਆਂ, ਲਾਈਫ ਪ੍ਰੋਸਪਰ ਕਰਦੇ, ਚਾਨਣ ਹੋ ਗਿਆ ਹੈ ਨਾ. ਤੇ ਮੈਨੂੰ ਲੱਗਦਾ ਕਿ ਜਦ ਇੰਨੇ ਘਿਨੌਣੇ ਕੰਮ ਹੋਏ ਹੈ ਨਾ, ਇੰਨਾ ਹਿਊਮੈਨਿਟੀ ਨੀਚੇ ਗਿਰ ਗਈ, ਇਨਸਾਨੀਅਤ ਲੋਕਾਂ ਦੀ, ਤਦ ਤੇ ਮੈਨੂੰ ਲੱਗਦਾ ਕਿ ਉਸ ਦਿਨ ਸੂਰਜ ਆਇਆ ਹੀ ਨਹੀਂ ਸੀ. ਇਹ ਜਦ ਉਹ ਹਨੇਰਾ ਹੀ ਰਿਹਾ ਹੋਏਗਾ, ਕੋਈ ਚਾਰ ਦਿਨਾਂ ਤੱਕ ਸੂਰਜ ਆਇਆ ਹੀ ਨਹੀਂ, ਤਦ ਹੀ ਇਹ ਸਾਰੀ ਚੀਜ਼ਾਂ ਹੋਈਆਂ ਨੇ. ਜੇ ਸੂਰਜ ਆਉਂਦਾ ਤਾਂ ਇਹ ਸਭ ਨਹੀਂ ਹੁੰਦਾ ਹੈ ਨਾ. ਬਿਲਕੁਲ ਸਾਡੇ ਵਾਸਤੇ ਕਾਲਾ ਦਿਨ ਸੀਗਾ, ਕਾਲਾ ਦਿਨ, ਤੇ ਉਹ ਇੱਕ ਬਲਕਿ ਪੂਰਾ ਐਪੀਸੋਡ ਜਿਹੜਾ ਪੂਰਾ ਕਾਲਾ ਸੀ. ਤੁਹਾਡੇ ਇਸ ਹਿੰਮਤ ਲਈ ਤੁਹਾਡੀ ਪ੍ਰਸ਼ੰਸਾ ਕਰਦੇ ਹਾਂ, ਤੁਹਾਨੂੰ ਦਾਤ ਦਿੰਦੇ ਹਾਂ ਤੁਹਾਡੀ. ਪਰ ਮੈਂ ਤੁਹਾਨੂੰ ਜਦੋਂ ਦੇਖ ਰਿਹਾ ਤੁਹਾਡੇ ਵਾਲਾਂ ਨੂੰ, ਤੁਹਾਡੀ ਦਿੱਖ ਨੂੰ, ਤਾਂ ਮੈਨੂੰ ਲੱਗਦਾ ਕਿ ਤੁਸੀਂ ਕੁਝ ਫਿਜ਼ੀਕਲ ਸਟਰਗਲ ਦੇ ਵਿੱਚੋਂ ਵੀ ਲੰਘੇ ਹੋ. ਕਿਸ ਕਿਸਮ ਦੇ ਸਟਰਗਲ ਦੇ ਵਿੱਚੋਂ ਲੰਘੇ ਹੋ, ਥੋੜ੍ਹਾ ਜ਼ਰੂਰ ਦੱਸੋ. ਹਾਂ, ਮੈਂ ਬ੍ਰੈਸਟ ਕੈਂਸਰ ਸਰਵਾਈਵਰ ਹੈਗੀ ਹਾਂ. ਅੱਛਾ. ਅਤੇ ਲਾਸਟ ਈਅਰ ਜਿੱਦਾਂ ਮਤਲਬ 21 April ਨੂੰ ਡਿਟੈਕਟ ਹੋਇਆ ਸੀ ਕਿ ਆਈ ਹੈਵ ਬ੍ਰੈਸਟ ਕੈਂਸਰ. ਅੱਛਾ ਜੀ. ਐਂਡ ਆਈ ਵਾਸ, ਮੈਨੂੰ ਵੀ ਬਹੁਤ ਸ਼ੌਕ ਲੱਗਿਆ, ਬਿਕੋਜ਼ ਮੈਨੂੰ ਲੱਗਦਾ ਸੀ ਕਿ ਮੇਰਾ ਕੰਮ ਹੈਗਾ, ਮਤਲਬ ਮੇਰਾ ਲਾਈਫ ਪਰਪਸ ਹੈਗਾ ਇਸ ਫਿਲਮ ਨੂੰ ਬਣਾਉਣਾ ਅਤੇ ਦੁਨੀਆ ਤੱਕ ਲਿਆਉਣਾ. ਅਤੇ ਜਦ ਇਹ ਹੋਇਆ ਤਾਂ ਮੈਨੂੰ ਲੱਗਿਆ ਕਿ ਅੱਛਾ, ਸ਼ਾਇਦ ਮੈਨੂੰ ਲੱਗਦਾ ਮੇਰਾ ਇੱਕ ਬਰਥ ਜਿਹੜਾ ਹੈ, 21 ਜਨਮ 'ਚ ਦੂਸਰਾ ਜਨਮ ਮੇਰਾ ਕੰਪਲੀਟ ਹੋ ਗਿਆ. ਐਂਡ ਆਈ ਵਾਸ ਵੈਰੀ ਸ਼ੌਕਡ, ਐਂਡ ਆਈ ਡਿਡ ਨੋਟ ਨੋ ਕਿ ਅੱਗੇ ਮੇਰੇ ਵਾਸਤੇ ਕੁਝ ਜ਼ਿੰਦਗੀ ਹੈ ਜਾਂ ਨਹੀਂ ਹੈ. ਅਤੇ ਕੀਮੋਥੈਰੇਪੀ 'ਚ ਸਾਰੇ ਵਾਲ ਚਲ ਜਾਂਦੇ ਨੇ, ਅਤੇ ਇਹ ਤਾਂ ਸੈਕਿੰਡ ਟਾਈਮ ਜਿਸ ਤਰ੍ਹਾਂ ਵਾਲ ਆਏ. ਅੱਛਾ. ਹਾਂ, ਅਤੇ ਮੈਂ ਹੁਣ ਕੈਂਸਰ ਦੇ ਉੱਤੇ ਇੱਕ ਫਿਲਮ ਬਣਾ ਰਹੀ. ਵਾਹ. ਦਰਸ਼ਕਾਂ ਨੂੰ ਵੀ ਕਹਾਂਗੇ ਜ਼ਰੂਰ ਵੱਧ ਚੜ ਕੇ ਤੁਹਾਨੂੰ ਸਹਿਯੋਗ ਦਿਓ. ਤੁਸੀਂ ਇੱਥੇ ਆਏ ਹੋ, ਤੁਸੀਂ ਅਮਰੀਕਾ ਜਾ ਰਹੇ ਹੋ, ਸਾਰੇ ਪਾਸੇ ਤੁਹਾਡੀ ਦਾਤ ਦੇਣੀ ਬਣਦੀ ਹੈ. ਅਖੀਰ ਦੇ ਵਿੱਚ ਟੀਨਾ ਕੌਰ ਜੀ, ਤੁਹਾਡੇ ਉਦਮ ਨੂੰ ਅਸੀਂ ਜਿੱਥੇ ਸਲੂਟ ਕਰਦੇ ਹਾਂ, ਉੱਥੇ ਅੱਜ ਦੇ ਟਾਈਮ ਜਦੋਂ ਇਹ ਅੱਜ ਪ੍ਰੋਗਰਾਮ ਜਾ ਰਿਹਾ, ਇਹ ਫਿਰ ਨਵੰਬਰ ਦੀ ਯਾਦ ਦਾ ਮਹੀਨਾ, ਕੈਨੇਡਾ ਦੇ ਵਿੱਚ ਬਲੱਡ ਡੋਨੇਸ਼ਨ ਬਾਏ ਸਿੱਖ ਨੇਸ਼ਨ, ਸਿੱਖ ਕੌਮ ਦੇ ਵੱਲੋਂ 1,40,000 ਜਾਨਾਂ ਬਚਾਈਆਂ ਜਾ ਚੁੱਕੀਆਂ ਨੇ. ਥਾਂ ਥਾਂ 'ਤੇ ਇਸ ਦਿਨ, ਇਹ ਸਾਰਾ ਮਹੀਨਾ ਹੀ ਖੂਨਦਾਨ ਕੈਂਪ ਲੱਗਦੇ ਨੇ. ਸਿੱਖ ਨੇਸ਼ਨ ਦਾ ਇਹ ਸਲੋਗਨ ਹੈ ਕਿ ਜਾਨ ਲੈਣ ਵਾਲਿਆਂ ਨੂੰ ਅਸੀਂ ਇਹ ਸੁਨੇਹਾ ਦਿੰਦੇ ਹਾਂ ਕਿ ਅਸੀਂ ਜਾਨਾਂ ਬਚਾ ਕੇ ਆਪਣੇ ਵਿਸ਼ਾਲ ਦਿਲ ਦੀ ਜਿਹੜੀ ਹੈ ਤਰਜਮਾਨੀ ਕਰਦੇ ਹਾਂ. ਸੋ ਤੁਸੀਂ ਇਸ ਮੌਕੇ 'ਤੇ ਕੀ ਸੁਨੇਹਾ ਦੇਣਾ ਚਾਹੋਗੇ? ਮੈਨੂੰ ਲੱਗਦਾ ਤੁਸੀਂ ਜੋ ਕੰਮ ਕਰ ਰਹੇ ਹੋ ਬਹੁਤ ਵਧੀਆ ਹੈਗਾ, ਹੈ ਨਾ, ਕਿਉਂਕਿ ਬਲੱਡ ਡੋਨੇਸ਼ਨ ਦੇ ਕੇ ਕਿਸੇ ਦੀ ਜਾਨ ਬਚਾਉਣਾ, ਇਹ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਛੋਟੀ ਲਕੀਰ ਦੇ ਅੱਗੇ ਵੱਡੀ ਲਕੀਰ ਖਿੱਚਦੇ ਹੋ, ਅਤੇ ਯੂ ਨੋ ਉਹ ਛੋਟੇ ਨੂੰ ਛੋਟੇਪਨ ਦਾ ਅਹਿਸਾਸ ਹੋ ਜਾਂਦਾ. ਅਤੇ ਤੁਸੀਂ ਐਗਜੈਕਟਲੀ ਉਹੀ ਕੰਮ ਕਰ ਰਹੇ ਹੋ. ਮੈਨੂੰ ਲੱਗਦਾ ਕਿ ਇਨ ਔਰਡਰ ਟੂ ਕਮੈਮੋਰੇਟ 84 ਜੈਨੋਸਾਈਡ, ਆਈ ਥਿੰਕ ਲੋਕਾਂ ਨੂੰ ਜਿਸ ਤਰ੍ਹਾਂ ਤੁਸੀਂ ਕਿਤੇ ਵੀ ਖੜ੍ਹੇ ਹੋ ਕੇ ਨਾ ਲੋਕਾਂ ਨੂੰ ਸੈਪਲਿੰਗਸ, ਛੋਟੇ ਛੋਟੇ ਪਲਾਂਟਸ ਦੇ ਦਿਓ, ਯੂ ਨੋ, ਤਾਂ ਕਿ ਉਹ ਪੇੜ ਬਣਨ, ਔਰ ਉਹ ਪੇੜ ਜਿਹੜਾ ਸਭ ਨੂੰ ਆਕਸੀਜਨ ਦੇਣ, ਹੈ ਨਾ, ਤਾਂ ਕਿ ਅਸੀਂ ਜਿਹੜਾ ਹੈਗਾ ਇੱਕ ਨੋਨ ਵਾਇਲੈਂਟ ਤਰੀਕੇ ਨਾਲ ਵਾਤਾਵਰਨ ਨਾਲ ਜੁੜ ਕੇ, ਹੈ ਨਾ. ਅਤੇ ਫਿਰ ਜਿੱਦਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀਗਾ, ਪਵਨ ਮਾਤਾ, ਪਵਨ ਗੁਰੂ, ਪਾਣੀ ਪਿਤਾ, ਮਾਤਾ ਤਤ ਮਹਤ, ਤੇ ਉਹਨੂੰ ਹੀ ਫਿਲਾਸਫੀ ਨੂੰ ਫਾਰਵਰਡ ਕਰ ਦਿਓ. ਇਹ 84 ਨਾਲ ਅਸੀਂ ਜੋੜ ਕੇ ਜਿਹੜਾ ਹੈ ਨਾ, ਚਾਰੋਂ ਤਰਫ ਅਸੀਂ ਅਗਰ ਗ੍ਰੀਨਰੀ ਲਗਾਈਏ, ਔਰ ਲੋਕਾਂ ਨੂੰ ਦੱਸੀਏ ਕਿ ਅਸੀਂ ਕਿਉਂ ਖੜੇ ਹੈਗੇ ਹਾਂ, ਅਸੀਂ ਕੰਪੈਸ਼ਨ ਵਾਸਤੇ ਖੜੇ ਹਾਂ, ਅਸੀਂ ਹਿਊਮੈਨਿਟੀ ਵਾਸਤੇ ਖੜੇ ਹੈਗੇ ਹਾਂ, ਹੈ ਨਾ, ਔਰ ਅਸੀਂ ਫੋਰਗਿਵਨੈਸ ਵਾਸਤੇ ਖੜੇ ਹਾਂ. ਮੈਨੂੰ ਲੱਗਦਾ ਸਾਨੂੰ ਸੱਚੀ ਬਖਸ਼ਣਾ ਚਾਹੀਦਾ, ਦਿਲੋਂ ਬਖਸ਼ਣਾ ਚਾਹੀਦਾ, ਔਰ ਦੁਨੀਆ 'ਚ ਦੂਸਰੇ ਲੋਕਾਂ ਦੀ ਵੀ ਸਹਾਇਤਾ ਕਰਨੀ ਚਾਹੀਦੀ ਹੈ, ਜੋ ਕਿ ਅੱਜ ਜਿਸ ਤਰ੍ਹਾਂ ਇੰਨਾ ਸਭ ਕੁਝ ਹੋ ਰਿਹਾ, ਯੂ ਨੋ, ਇੰਨੇ ਸਾਰੇ ਰਿਫਿਊਜੀਸ ਨੇ ਸਿਰੀਆ 'ਚ, ਇੰਨੀ ਟ੍ਰਬਲਸ ਨੇ ਟਰਕੀ 'ਚ ਹੈਗਾ, ਸਾਡੇ ਖੁਦ ਦੇ ਕਸ਼ਮੀਰ 'ਚ ਹੈਗਾ, ਦੇਸ਼ 'ਚ ਕਿੰਨਾ ਹੈਗਾ. ਇਸ ਵੇਲੇ ਆਵਾਜ਼ ਜਿਹੜੀ ਉਠਾਉਣੀ ਚਾਹੀਦੀ ਹੈ. ਬਿਲਕੁਲ. ਬਹੁਤ ਅੱਛਾ ਟੀਨਾ ਕੌਰ ਜੀ, ਤੁਹਾਨੂੰ ਇਸ ਗੱਲ ਦੀ ਮੁਬਾਰਕ ਕਿ ਤੁਸੀਂ ਇੱਡਾ ਵੱਡਾ ਕੰਮ ਕੀਤਾ, ਅਤੇ ਤੁਹਾਨੂੰ ਦਿਲੀ ਸ਼ੁਭਕਾਮਨਾਵਾਂ ਜੀ. ਥੈਂਕ ਯੂ. ਧੰਨਵਾਦ ਜੀ. ਇਹ ਸਨ ਟੀਨਾ ਕੌਰ ਪਸੀਚਾ ਜੀ, ਜਿਹਨਾਂ ਨਾਲ ਤੁਸੀਂ ਗੱਲਬਾਤ ਕੀਤੀ. ਸੋ 1984, ਜਿਸ ਦਿਨ ਸੂਰਜ ਨਹੀਂ ਚੜਿਆ, ਇੰਗਲਿਸ਼ ਦੇ ਵਿੱਚ ਵਿਨ ਦਾ ਸਨ ਡਿਡਨਟ ਰਾਈਜ਼, ਇਹ ਡਾਕੂਮੈਂਟਰੀ ਤਿਆਰ ਕੀਤੀ ਹੈ, ਸਾਡੇ ਸਾਰਿਆਂ ਦੇ ਦੇਖਣ ਯੋਗ ਹੈ. ਤੁਸੀਂ ਦਰਸ਼ਕਾਂ ਦੇ ਲਈ, ਤੁਹਾਡੇ ਲਈ ਟ੍ਰੇਲਰ ਵੀ ਪ੍ਰਸਾਰਿਤ ਅਸੀਂ ਕੀਤਾ. ਇਸ ਦਾ ਸਾਰੀ ਜਾਣਕਾਰੀ ਜੋ 2 November ਨੂੰ ਪ੍ਰੋਗਰਾਮ ਹੋ ਰਿਹਾ, ਇਸ ਦੇ ਵਿੱਚ ਸ਼ਿਰਕਤ ਜ਼ਰੂਰ ਕਰਨੀ, ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ. ਇਸ ਦੇ ਨਾਲ ਹੀ ਕੈਂਸਰ ਸਰਵਾਈਵਰ ਦੇ ਤੌਰ 'ਤੇ ਜੋ ਇਹਨਾਂ ਨੇ ਕੰਮ ਕੀਤਾ ਆਰੰਭ, ਉਸ ਦੇ ਵਿੱਚ ਵੀ ਸਾਥ ਦੀ ਲੋੜ ਹੈ, ਕਿਉਂਕਿ ਜ਼ੁਲਮ ਦਾ ਜਿਹੜਾ ਦਾਸਤਾਨ ਨੂੰ ਬਿਆਨ ਕਰਨਾ ਇਹ ਉਦੋਂ ਵੀ ਕਠਿਨ ਹੈ, ਇਸ ਦੇ ਵਿੱਚ ਚੁਣੌਤੀਆਂ ਬੜੀਆਂ ਨੇ. ਇਸ ਨੂੰ ਕਿਵੇਂ ਬਿਆਨ ਕਰਨਾ, ਉਸ ਦਾ ਇੱਕ ਤਰੀਕਾ ਇਹ ਹੈ. ਇੱਕ ਤਰੀਕਾ ਇਹ ਹੈ ਕਿ ਨਵੰਬਰ ਮਹੀਨੇ ਸਾਰੇ ਕੈਨੇਡਾ 'ਚ ਹੀ ਨਹੀਂ, ਬਲਕਿ ਹੁਣ ਤਾਂ ਦੁਨੀਆ ਭਰ ਦੇ ਵਿੱਚ ਸਿੱਖ ਨੇਸ਼ਨ ਵੱਲੋਂ, ਸਿੱਖ ਕੌਮ ਵੱਲੋਂ ਜਿਹੜੇ ਖੂਨਦਾਨ ਕੈਂਪ ਲਾਏ ਜਾ ਰਹੇ ਨੇ, ਨਵੰਬਰ 1 ਤੋਂ ਲੈ ਕੇ ਐਂਡ ਤੱਕ ਇਹ ਲਗਾਤਾਰ ਚੱਲਣੇ ਨੇ. ਤੁਹਾਡੇ ਆਪੋ ਆਪਣੇ ਸ਼ਹਿਰ 'ਚ
ਥਰੂ ਆਊਟ ਕੈਨੇਡਾ ਇਹ ਪ੍ਰੋਗਰਾਮ ਪ੍ਰਸਾਰਿਤ ਹੋ ਰਿਹਾ, ਜਿੱਥੇ ਵੀ ਸਿੱਖ ਨੇਸ਼ਨ ਦੇ ਖੂਨਦਾਨ ਕੈਂਪ ਨੇ 1984 ਦੀ ਨਸਲਕੁਸ਼ੀ ਨੂੰ ਯਾਦ ਕਰਦਿਆਂ, ਜ਼ਾਲਮਾਂ ਨੂੰ ਧਿਕਾਰ ਪਾਉਂਦਿਆਂ, ਜ਼ੁਲਮ ਦੇ ਖਿਲਾਫ ਆਵਾਜ਼ ਉਠਾਉਂਦਿਆਂ ਅਤੇ ਜਾਨਾਂ ਬਚਾਉਂਦਿਆਂ ਆਪਣਾ ਕੱਦ ਜਿਹੜਾ ਹੈ ਅਸੀਂ ਸੰਸਾਰ ਸਾਹਮਣੇ ਰੱਖੀ। ਇਹੀ ਗੁਰੂ ਨਾਨਕ ਸਾਹਿਬ ਦਾ 550 ਸਾਲਾਂ 'ਤੇ ਸੁਨੇਹਾ। ਆਪ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਟ੍ਰਿਪਲ ਏ ਆਟੋ ਬਾਡੀ ਆਪਣੇ ਭਰਾਵਾਂ ਦੀ ਬਰਨਵੀ ਵਿੱਚ ਵਨ ਆਫ ਦ ਬਿਗੈਸਟ ICBC ਆਥੋਰਾਈਜ਼ਡ ਆਟੋ ਬਾਡੀ ਸ਼ਾਪ, ਜਿਨ੍ਹਾਂ ਕੋਲ ਐਕਸਪ੍ਰੈਸ ਵੈਲੇ ਸਰਵਿਸ ਤੋਂ ਇਲਾਵਾ ਐਕਸਪੀਰੀਅੰਸ ਅਤੇ ਸਰਟੀਫਾਈਡ ਟੈਕਨੀਸ਼ੀਅਨਸ ਵੀ ਹਨ, ਅਤੇ ਬਿਨਾਂ ਸ਼ੱਕ ਹਾਈਟੈਕ ਕੰਪਿਊਟਰਾਈਜ਼ਡ ਪੇਂਟ ਸ਼ਾਪ ਬੂਥ ਦੀ ਵੀ ਫੈਸਿਲਿਟੀ ਹੈਗੀ। ਤੁਹਾਡੇ ਸਾਰੀ ਜ਼ਰੂਰਤਾਂ ਲਈ ਜਿਵੇਂ ਡੈਂਟਿੰਗ, ਪੇਂਟਿੰਗ ਜਾਂ ਕੋਲੀਜਨ ਸਰਵਿਸਿਜ਼ ਲਈ ਫੋਨ ਕਰੋ ਹਰਮੇਸ਼ ਸ਼ਰਮਾ 604-299-1054। ਦੇ ਕੈਨ ਹੈਂਡਲ ICBC ਕਲੇਮ ਐਂਡ ਇੰਸਪੈਕਸ਼ਨ ਇੰਡੀਪੈਂਡੈਂਟਲੀ। ਹੇਰੇ ਮੋਟਰਸ ਵਾਲਿਆਂ ਦੇ ਸੈਂਕੜੇ ਗੱਡੀਆਂ ਛੋਟੀਆਂ ਵੱਡੀਆਂ ਫਨਾਸ ਨੇ ਕਰਦੇ ਤਲੀ ਤੇ ਚਾਬੀ ਧਰਦੇ ਲੈਣੀ ਵੈਨ ਕਾਰਗੋ ਜੇ ਲੈਣੀ ਵੈਨ ਕਾਰਗੋ ਜੇ ਭਾਵੇਂ ਪਿਕ ਅਪ ਲੈਣਾ ਚਾਹੀ ਤੱਕ ਮਿਲੋ ਇੱਕ ਮੇਰ ਅਜੀਤ ਸਿੰਘ ਹੇਰ ਵੇਟ ਥੋੜੀ ਕਰਦੇ। ਹੇਅਰ ਮੋਟਰਸ 12375 ਕਿੰਗ ਜਾਰਜ ਹਾਈਵੇ ਸਰੀ, ਕਾਲ 580-7755। ਹੇਅਰ ਮੋਟਰ ਰਾਜਪਾਲ ਮਿਲੇ ਨਾ ਤਾਂ ਉਹਨਾਂ ਨੇ ਕੰਮ ਮਿੰਟਾਂ ਸਕਿੰਟਾਂ ਚ ਕਰ ਦੇਣੇ ਨੇ। ਸੱਚੀ ਮੈਂ ਤਾਂ ਐਵੇਂ ਘਬਰਾ ਗਈ ਸੀਗੀ। 905-7889-7744। ਜਦ ਵੀ ਤੁਸੀਂ ਨਾਰਥ ਅਮਰੀਕਾ ਦੇ ਸਭ ਤੋਂ ਵੱਡੇ ਕੱਪੜਿਆਂ ਦੇ ਵੇਅਰ ਹਾਊਸ ਤੇ ਆਉਂਦੇ ਹੋ ਤਾਂ ਰੋਸ਼ਨ ਅਰੋੜਾ ਅਤੇ ਸੁਭਾਸ਼ ਚੰਦਰ ਤੁਹਾਡਾ ਖਿੜੇ ਮੱਥੇ ਸਵਾਗਤ ਕਰਦੇ ਹਨ। ਪੰਜਾਬ ਕਲੋਥ ਹਾਊਸ ਵਿੱਚ ਤੁਹਾਨੂੰ ਮਿਲਦੇ ਹਨ ਵਾਜਬ ਕੀਮਤਾਂ 'ਤੇ ਟੌਪ ਕੁਆਲਿਟੀ ਦੇ ਫੈਬਰਿਕਸ ਅਤੇ ਰੈਡੀਮੇਡ ਗਾਰਮੈਂਟਸ, ਲੇਡੀਜ਼ ਜੈਂਟਸ ਅਤੇ ਬੱਚਿਆਂ ਦੇ ਕੱਪੜੇ ਭਾਰਤ ਤੋਂ ਇਲਾਵਾ ਜਾਪਾਨ, ਕੋਰੀਆ, ਇੰਡੋਨੇਸ਼ੀਆ, ਚਾਈਨਾ, ਪਾਕਿਸਤਾਨ, ਯੂਰਪ ਤੋਂ ਮੰਗਵਾਉਂਦੇ ਹਨ। ਉੱਚ ਕੁਆਲਿਟੀ ਦਾ ਸਮਾਨ ਘੱਟ ਘੱਟ ਕੀਮਤਾਂ 'ਤੇ ਲੈਣ ਲਈ ਅੱਜ ਹੀ ਪਹੁੰਚੋ ਪੰਜਾਬ ਕਲੋਥ ਵੇਅਰ ਹਾਊਸ 'ਤੇ, ਜੋ ਕਿ 127-25-80 ਐਵਨਿਊ 'ਤੇ ਸਥਿਤ ਹੈ। ਫੋਨ ਨੰਬਰ 604-598-2880।